ਬੁਲਟ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ। ਇਸ ਵਕਤ ਅਸੀਂ ਜੇ ਗੱਲ ਕਰੀਏ ਮਾਝੇ ਦੇ ਮਝੈਲਾਂ ਦੀ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਮਾਝੇ ਦੀਆਂ ਖੂਬੀਆਂ ਜਿਹੜੀਆਂ ਉਹ ਜਾਣਾਂਗੇ। ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਾਂਗੇ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਗੁਰਕਿਰਪਾਲ ਸਿੰਘ ਜੀ। ਕਿੱਥੋਂ ਆਏ ਹੋ? ਅਸੀਂ ਇੱਥੋਂ ਇਸੇ ਨਗਰ ਦੇ ਹਾਂ ਜੀ, ਰਮਦਾਸ ਦੇ। ਸਾਰੇ ਮਾਝੇ ਤੋਂ ਹੀ ਹੋ ਭਾਈ? ਅੱਛਾ, ਤੁਹਾਡੇ ਤੋਂ ਸ਼ੁਰੂਆਤ ਕਰੂੰਗੀ। ਸਭ ਤੋਂ ਪਹਿਲਾਂ ਐਂ ਦੱਸੋ ਮਾਝੇ 'ਚ ਕਿਹੜੀ ਚੀਜ਼ ਸਭ ਤੋਂ ਬੈਸਟ ਹੈ? ਸਭ ਤੋਂ ਬੈਸਟ ਟਰੈਕਟਰ ਹੀ ਆ, ਜੱਟਾਂ ਵਾਸਤੇ ਇਹਦੇ ਸ਼ੌਂਕ ਹੀ ਆ। ਇੱਕ ਟਰੈਕਟਰ ਵਾਲਾ ਜਿਹੜੀ ਸਾਡੀ ਕਰਾਰੀ ਆ, ਹੋਰ ਸਾਨੂੰ ਸ਼ੌਂਕ ਇਹੀ ਆ, ਨਸ਼ੇ ਪੱਤੇ ਤੋਂ ਰਹਿਤਾਂ, ਬਸ ਇਹੀ ਆ। ਆਹ ਤਾਂ ਝੂਠ ਹੈ ਜੀ, ਚਿੱਟਾ ਝੂਠ ਹੈ, ਨਸ਼ਾ ਪਤਾ ਤਾਂ ਕਹਿੰਦੇ ਮਾਝੇ 'ਚ ਸਭ ਤੋਂ ਜ਼ਿਆਦਾ। ਅਸੀਂ ਨਹੀਂ ਨਾ ਕਰਦੇ ਇਹਦੇ 'ਚ, ਆਹ ਦੇਖੋ ਪਿਛਾਂ ਨੂੰ ਆਹ ਮੁੰਡਾ ਨਸ਼ਾ ਕਰਦਾ ਦੀਦਾ ਤੈਨੂੰ। ਤੁਸੀਂ ਦੱਸੋ ਮੈਨੂੰ, ਆਹ 14 ਸਾਲ ਦੀ ਉਮਰ ਆ, ਸਭ ਤੋਂ ਵੱਡਾ ਮੈਂ ਹਾਂ, 32 ਸਾਲ ਮੇਰੀ ਉਮਰ ਆ, ਆਹ ਮੇਰੇ ਤੋਂ 12-12 ਸਾਲ ਛੋਟੇ ਆ। ਠੀਕ ਹੈ ਜੀ। ਬਦਨਾਮ ਕਾਤੋਂ? ਬਦਨਾਮ ਉਹ ਬਦਨਾਮ ਕਈ ਹੈਗੇ ਵਿੱਚ, ਪਰ ਅਸੀਂ ਤਾਂ ਨਹੀਂ ਨਾ ਹੈਗੇ। ਜੇ ਅਸੀਂ ਵੀ ਹੁੰਦੇ ਤਾਂ ਅਸੀਂ ਇੱਥੇ ਲੰਗਰ ਨਾ ਲਾਉਂਦੇ, ਅਸੀਂ ਕਿਤੇ ਹੋਰ ਆਉਂਦੇ ਜਾਂ ਪੀ ਕੇ ਕਿਤੇ ਮੋਟਰ 'ਤੇ ਪਏ ਹੁੰਦੇ। ਟਰੈਕਟਰਾਂ ਦੇ ਸ਼ੌਂਕ ਦੀ ਗੱਲ ਕੀਤੀ, ਸਾਰਿਆਂ ਨੇ ਮੈਂ ਵੇਖਿਆ ਇੱਕੋ ਚੀਜ਼ ਲਿਖਵਾਈ, ਕੀ ਗੱਲ? ਰਾਇ ਕਰਕੇ ਲਿਆਂਦੇ ਸੀ? ਨਾ, ਮਿਹਨਤੀ ਪੁੱਤਾਂ ਵਾਂਗੂ ਪਾਲੇ ਨੇ, ਪੁੱਤਾਂ ਵਾਂਗੂ ਪਾਲੇ ਨੇ, ਇਹ ਕਿੰਨਾ ਨਾਲ ਪਿਆਰ ਹੈ ਸਾਡੇ ਭਰਾ। ਕਿੰਨਾ ਕਿੰਨਾ ਖਰਚਾ, ਸੌਰੀ, ਕਿੰਨਾ ਖਰਚਾ ਕਰਦੇ ਨੇ ਇੱਕ ਟਰੈਕਟਰ? ਮਨ ਚ ਕਰ ਲੱਗਿਆ ਫਿਰ ਸੋਚੀਦਾ ਹੀ ਨਹੀਂ ਆ, ਪਿੱਛੇ ਮੁੜ ਕੇ ਜੇ ਪਿੱਛੇ ਜੋ ਮਰਜ਼ੀ ਹੁੰਦਾ, ਅਜੇ ਆਪਦੇ ਕੱਪੜੇ ਪਹਿਨ ਨਾ ਪਹਿਨ, ਇਹਦੇ ਤੇ ਇਹਦੇ ਟਾਕੀ ਵੱਜੂਗੀ। ਟਾਕੀ ਤਾਂ ਠੀਕ ਹੈ, ਕਹਿੰਦੇ ਜਦੋਂ ਨਜਾਇਜ਼ ਖਰਚਾ ਹੋਣ ਲੱਗ ਜੇ ਕਿਸੇ ਚੀਜ਼ 'ਚ। ਬੋਲਣ ਵਾਲੇ ਬੋਲੀ ਜਾਂਦੇ ਆ, ਜੇ ਨਜਾਇਜ਼ ਖਰਚਾ ਆਪਦੀ ਜੇਬ 'ਚ ਲਾਉਂਦੇ ਆ ਤੇ ਉਹਦੇ ਇੱਕ ਤੇ ਅੱਖ ਰੱਖ ਕੇ ਨਹੀਂ ਕਿਹਾ ਵੀ ਪੈਸੇ ਲਾਉਣੇ ਆ, ਆਪ ਤੋਂ ਦਾਮਾ ਆਪਣੇ ਮੋਢਿਆਂ 'ਤੇ ਲਾਏ ਆ, ਕਦੀ ਕਿਸੇ ਦੇ ਕੋਲ ਦਰ 'ਚ ਗੂਠਾ ਦੇ ਕੇ ਨਹੀਂ। ਪੁੱਛਿਆ ਸੀਗਾ ਵੀ ਤੁਸੀਂ ਨਾ ਸਾਰਿਆਂ ਨੇ ਟਰੈਕਟਰ ਦੇ ਉੱਤੇ ਇੱਕੋ ਵਰਡ ਲਿਖਿਆ, ਇਹ ਗਰੁੱਪ ਆ? ਇਹ ਗਰੁੱਪ ਆ, ਕਿੰਨੇ ਜਾਣਿਆਂ ਦਾ ਗਰੁੱਪ ਆ ਤੇ ਕਿਹੜਾ ਗਰੁੱਪ? ਇਹ ਆਪਣੇ ਭਰਾ ਵਾ ਜਿੰਨੇ ਵੀ ਆ, ਪਰ ਸਾਡੇ ਵਿੱਚੋਂ ਕਈ ਗਰੁੱਪ ਟੁੱਟ ਵੀ ਗਿਆ ਆ, ਆਪਣਾ ਗਰੁੱਪ ਉਤਰਾ ਬੜਾ ਹੈ। ਇਹਦੇ ਵਿੱਚੋਂ ਕਈ ਹੈਗੇ ਸੀ ਜਿਨ੍ਹਾਂ ਦੇ ਮਨ 'ਚ ਖੋੜ ਸੀ, ਗਰੁੱਪ ਆਪਣਾ ਬਹੁਤ ਵੱਡਾ ਸੀ, ਬਾਕੀ ਜਿਨ੍ਹਾਂ ਦੇ ਮਨ 'ਚ ਖੋੜ ਸੀ ਉਹ ਬਾਬੇ ਨੇ ਮਿਹਰ ਕੀਤੀ, ਆਪੇ ਟੁੱਟ ਗਏ ਸਾਡੇ ਨੂੰ। ਕਹਿੰਦੇ ਕਹਿੰਦੇ ਮਾਝੇ ਵਾਲਿਆਂ ਦੇ, ਮਾਝੇ ਦੇ ਮਾਲਵੇ ਦਾ ਇੱਕ ਹੋਰ ਡਿਫਰੈਂਸ ਦੱਸੂੰਗੀ। ਕਹਿੰਦੇ ਮਾਲਵੇ 'ਚ ਜੇ ਕੋਈ ਮੁੰਡਾ ਬਾਹਰ ਲੜ ਕੇ ਆ ਜੇ ਤੇ ਉਹਦਾ ਪਿਓ ਵੀ ਕਰੇ ਜੁੱਤੀ ਲਾਈ ਬੈਠਾ ਹੁੰਦਾ ਵੀ ਆ ਜਾ ਵੀ ਤੂੰ ਲੜ ਕੇ ਆਇਆ, ਤੁਹਾਡੇ ਬਾਪੂ ਕੀ ਰਿਐਕਟ ਕਰ? ਕਹਿੰਦੇ ਤੇਰੇ ਪਿੱਛੇ ਆ, ਜੋ ਕਰਨਾ ਦੱਸ। ਆਪਣੇ ਬਾਪੂ ਤੇ ਇਹ ਆਉਂਦੇ ਆ ਵੀ ਜੇ ਇਹਦੇ ਮਿੱਤਰਾ ਕਿਤੇ ਗੱਲ ਹੁੰਦੀ ਆ ਨਾ, ਬਹਿ ਕੇ ਭਾਵੇਂ ਖਾ, ਇਹ ਨਾ ਕਹੀ ਮੈਂ ਭੱਜ ਆਇਆ, ਭੱਜਣਾ ਮਜ਼ਬੂਰ ਨਹੀਂ ਆ, ਮਾਝੇ ਵਾਲੇ ਭੱਜ ਕੇ ਨਹੀਂ ਰਾਜੀ। ਆਪਣੇ ਨਾ ਹੈ ਹੀ ਉਹ ਜਿਹੜੇ ਭੱਜਦੇ ਨੀ ਕਦੇ,